ਪਾ ਰਹੀ ਸੀ ਭੰਗੜਾ, ਲੋਕ ਕਹਿੰਦੇ ਕਿਹੋ ਜਿਹੇ ਗੀਤ ਤੇ ਨੱਚਦੀ ਏ। ਦੋਸਤੋ ਅਕਸਰ ਹੀ ਵਿਆਹ ਵਿੱਚ ਚਾਹੇ ਬੱਚਾ ਹੋਵੇ ਜਾਂ ਬਜ਼ੁਰਗ ਹੋਵੇ, ਕੋਈ ਵੀ ਨੱਚੇ ਬਿਨਾਂ ਨਹੀਂ ਰਹਿੰਦਾ। ਹਰ ਕੋਈ ਆਪਣੀ ਖੁਸ਼ੀ ਜ਼ਾਹਰ ਕਰਨ ਲਈ ਆਪਣੇ ਪਸੰਦ ਦਾ ਗੀਤ ਲਵਾ ਕੇ ਇੱਕ ਵਾਰ ਤਾਂ ਡੀਜੇ ਤੇ ਗੇੜਾ ਜ਼ਰੂਰ ਦਿੰਦਾ ਹੈ। ਹੁਣ ਇੱਕ ਔਰਤ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ। ਦਰਅਸਲ ਇਹ ਔਰਤ ਆਪਣੀ ਪਸੰਦ ਦਾ ਗੀਤ ਤੇਰੇ 'ਚ ਤੇਰਾ ਯਾਰ ਬੋਲਦਾ ਲਗਵਾ ਕੇ ਭੰਗੜਾ ਪਾਉਂਦੀ ਹੈ, ਪਰ ਲੋਕ ਇਸ ਔਰਤ ਦੀ ਵੀਡੀਓ ਨੂੰ ਦੇਖ ਕੇ ਬਹੁਤ ਹੀ ਗਲਤ ਬੋਲ ਰਹੇ ਨੇ। ਕੋਈ ਕਹਿ ਰਿਹਾ ਹੈ ਕਿ ਦੇਖੋ ਕਿਹੋ ਜਿਹੇ ਗੀਤ ਤੇ ਨੱਚ ਰਹੀ ਏ, ਕੋਈ ਕਹਿੰਦਾ ਹੈ ਕਿ ਹੌਲੀ ਨੱਚ ਕੁਝ ਟੁੱਟ ਨਾ ਜਾਵੇ, ਅਤੇ ਕੋਈ ਕਹਿ ਰਿਹਾ ਹੈ ਕਿ ਕਿਵੇਂ ਟੱਪ ਰਹੀ ਏ। ਸੋ ਸ਼ਾਇਦ ਅੱਜ ਕੱਲ ਲੋਕਾਂ ਨੂੰ ਆਪਣੀ ਟੈਨਸ਼ਨ ਨਹੀਂ ਸਗੋਂ ਦੂਜੇ ਨੂੰ ਖੁਸ਼ ਦੇਖ ਕੇ ਜ਼ਿਆਦਾ ਟੈਨਸ਼ਨ ਹੁੰਦੀ ਹੈ, ਤਾਂ ਹੀ ਤਾਂ ਇਹੋ ਜਿਹੀਆਂ ਗੱਲਾਂ ਕਰਦੇ ਨੇ। ਪਤਾ ਨਹੀਂ ਲੋਕਾਂ ਤੋਂ ਦੂਜਿਆਂ ਦੀ ਖੁਸ਼ੀ ਕਿਉਂ ਨਹੀਂ ਜਰੀ ਜਾਂਦੀ। ਸੋ ਸਾਨੂੰ ਤਾਂ ਨਹੀਂ ਲੱਗ ਰਿਹਾ ਕਿ ਇਹ ਔਰਤ ਕੁਝ ਮਾੜਾ ਕਰ ਰਹੀ ਹੈ, ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ। ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।